ਸੀ ਅਸੀਂ ਡਿਮਾਂਡ ਕਰਦੇ ਰਹਿੰਦੇ ਹਾਂ ਅਸੀਂ ਮਈ ਲਾਸਟ ਈਅਰ ਡਿਮਾਂਡ ਕੀਤੀ ਸੀ ਪਰ ਸਾਨੂੰ ਗੱਦੇ ਨਹੀਂ ਅਵੇਲੇਬਲ ਹੋਏ ਹੁਣ ਜਦੋਂ ਪ੍ਰਿਜ਼ਨਰ ਵਾਰਡ ਬਣਾਇਆ ਸੀ ਵਰਬਲੀ ਕਿਹਾ ਸੀ ਵੀ ਸਾਨੂੰ ਗੱਦੇ ਦਿੱਤੇ ਜਾਣ ਪਰ ਸਾਨੂੰ ਸਾਫ਼ ਇਨਕਾਰ ਕਰ ਦਿੱਤਾ ਕਿ ਵੀ ਗੱਦੇ ਤਾਂ ਹੈ ਹੀ ਨਹੀਂ ਗੇ ਜਦੋਂ ਯੁਵਰਾਜ ਮਤਲਬ ਵੱਲੋਂ ਆਏ ਸੀਗੇ ਗੱਦੇ ਉਦੋਂ ਵੀ ਅਸੀਂ ਡਿਮਾਂਡ ਕੀਤੀ ਵਰਬਲੀ ਕੀਤੀ ਸੀ ਜਦੋਂ ਕਹਿੰਦੇ ਗੱਦੇ ਤਾਂ ਪਹਿਲਾਂ ਹੀ ਡਿਸਟ੍ਰੀਬਿਊਟ ਹੋ ਚੁੱਕੇ ਆ ਸਾਰੇ ਵਾਰਡਾਂ 'ਚ ਫਿਰ ਅਸੀਂ ਰਿਟਰਨ 'ਚ ਉਹਨਾਂ ਤੋਂ ਮੰਗਿਆ ਨਹੀਂਗਾ 2018 'ਚ ਆਏ ਸੀ ਜੀ 10 ਗੱਦੇ ਉਸ ਤੋਂ ਬਾਅਦ ਕੋਈ ਗੱਦੇ ਨਹੀਂ ਟੋਟਲ ਕਿੰਨੇ ਬੈੱਡ ਨੇ ਤੁਹਾਡੇ 30 ਬੈੱਡ ਜੀ ਹਰ 5 ਸਾਲ ਬਾਅਦ ਤਾਂ ਬਦਲਣੇ ਚਾਹੀਦੇ ਆ ਕਿਉਂਕਿ ਸਾਡੇ ਸਕਿਨ ਦੇ ਪੇਸ਼ੈਂਟ ਹੀ ਇਦਾਂ ਦੇ ਹੁੰਦੇ ਆ ਜ਼ਿਆਦਾ ਮਤਲਬ ਬੈੱਡ ਕੰਡੀਸ਼ਨ ਹੁੰਦੀ ਆ ਉਹਨਾਂ ਦੀ ਜੀ 15 ਸਾਲ ਤਾਂ ਸਾਨੂੰ ਹੋ ਗਏ ਸਰਵਿਸ ਕਰਦਿਆਂ ਨੂੰ ਉਦੋਂ ਦੇ ਹੀ ਗੱਦੇ ਹਾਂ ਜੀ ਉਹ ਸਿਰਫ 10 ਹੀ ਆਏ ਨਵੇਂ 10 ਹੀ ਆਏ ਜੀ ਸਰ ਪੇਸ਼ੈਂਟ ਤਾਂ ਜਿਸ ਤਰ੍ਹਾਂ ਵਾਰਡ ਖਾਲੀ ਹੁੰਦਾ ਸਾਡਾ ਆਰਥੋ ਦੇ ਪੇਸ਼ੈਂਟ ਮੈਡੀਸਨ ਦੇ ਮਤਲਬ ਸਾਰੇ ਆਉਂਦੇ ਆ ਮਿਕਸ ਪੇਸ਼ੈਂਟ ਆ ਜਾਂਦੇ ਹੈਗੇ ਆ ਹੁਣ ਜਦੋਂ ਦਾ ਪ੍ਰਿਜ਼ਨਰ ਵਾਰਡ ਬਣਿਆ ਉਦੋਂ ਦੇ ਮੈਡੀਸਨ ਵਗੈਰਾ ਦੇ ਪੇਸ਼ੈਂਟ ਨਹੀਂ ਆ ਰਹੇ ਸਕਿਨ ਦੇ ਪੇਸ਼ੈਂਟ ਆਉਂਦੇ ਆ ਜਿਵੇਂ ਕੋਈ ਪੈਂਫੀਗਸ ਸੋਰੀਓਸਿਸ ਪਲਸ ਥੈਰੇਪੀ ਲੱਗਦੀ ਉਹ ਡੇਲੀ ਡੇ 'ਚ ਲਵਾ ਕੇ ਸ਼ਾਮ ਨੂੰ ਚਲੇ ਜਾਂਦੇ ਆ ਸਟੇ ਨਹੀਂ ਹੈਗਾ ਸਟੇ ਹੈਗਾ ਜਿਹੜੇ ਸਿੱਕ ਪੇਸ਼ੈਂਟ ਹੁੰਦੇ ਉਹ ਸਟੇ ਕਰਦੇ ਰਹਿੰਦੇ